ਪਾਇਪਾ ਤੇ ਸ਼ਾਮਲ ਹੁੰਦਿਆਂ ਹੀ ਕਿ ਆਗੂਆਂ ਨੂੰ ਹੋਇਆ ਜਾਣਦਾ ਖਤਰਾ ਗ੍ਰਾਮ ਅਤਰਾਲੇ ਨੇ ਦਿੱਤੀ ਜੈਡ ਸਿਕਿਉਰਟੀ ਸਾਥ ਸ੍ਰੀਕਾਲ ਤੁਸੀਂ ਜੁੜੇ ਹੋਏ ਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਤੇ ਮੈਂ ਪਰਮੇਸ਼ ਸਿੰਘ ਪਾਇਪਾ ਦੇ ਵਿੱਚ ਪਿਛਲੇ ਦਿਨੇ ਹੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਪਾਇਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਬੀਤੇ ਦਿਨ ਹੀ ਉਹਨਾਂ ਨੂੰ ਜੈਡ ਸਿਕਿਉਰਿਟੀ ਦਿੱਤੀ ਜਾਂਦੀ ਆ ਤਾਂ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗਦੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜੋ ਉਹਨਾਂ ਨੂੰ ਜੈਡ ਸਿਕਿਉਰਿਟੀ ਦਿੱਤੀ ਗਈ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਪਾਇਪਾ ਦੇ ਵਿੱਚ ਸ਼ਾਮਲ ਹੁੰਦੇ ਆ ਹੀ ਕਿ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ਹੋ ਰਿਹਾ ਹੈ ਤਾਂ ਦੱਸ ਦਿੰਦੇ ਆ ਇੱਥੇ ਉਹਨਾਂ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਭਾਇ ਭਾ ਦੇ ਵੱਲੋਂ ਇਹਨਾਂ ਆਗੂਆਂ ਨੂੰ ਇੱਕ ਖਾਸ ਤੋਹਫਾ ਦਿੱਤਾ ਗਿਆ ਏ ਗੱਲ ਕਰਦੇ ਆ ਮਨਜਿੰਦਰ ਸਿੰਘ ਸਿਰਸਾ ਕੋਲ ਤਾਂ ਪਹਿਲਾਂ ਹੀ ਵਾਈ ਸਿਕਿਉਰਟੀ ਸੀ ਤੇ ਹੁਣ ਉਹਨਾਂ ਨੂੰ ਸਿਰਸਾ ਜੀ ਨੂੰ ਤੇ ਨਾਲ ਦੀ ਨਾਲ ਰਾਣਾ ਸੋਢੀ ਨੂੰ ਜੈਡ ਸਿਕਿਉਰਟੀ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੇ ਨਾਲ CRPF ਦੇ 18 ਨੌਜਵਾਨ ਤਾਇਨਾਤ ਹੋਣਗੇ ਤੇ ਉਹਨਾਂ ਦੇ ਨਾਲ ਕਈ ਗੱਡੀਆਂ ਵੀ ਸ਼ਾਮਲ ਹੋਣਗੀਆਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾਇਪਾ ਦੇ ਵਿੱਚ ਸ਼ਾਮਲ ਹੋਏ ਆਗੂ ਹੁਣ ਉਹਨਾਂ ਦੇ ਸੀਨੀਅਰ ਆਗੂ ਬਣ ਚੁੱਕੇ ਨੇ ਤੇ ਉਹਨਾਂ ਦੀ ਸਿਕਿਉਰਿਟੀ ਨੂੰ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪਾਇਪਾ ਨੇ ਉਹਨਾਂ ਨੂੰ ਇਹ ਇਨਾਮ ਦਿੱਤਾ ਹੈ ਤੇ ਹੁਣ ਉਹਨਾਂ ਦੇ ਕੋਲ ਜੈਡ ਸਿਕਿਉਰਿਟੀ ਹੋਵੇਗੀ ਦੱਸ ਦਿੰਦੇ ਆ ਕਿ ਭਾਰਤ ਦੇ ਵਿੱਚ ਤਕਰੀਬਨ ਇਸ ਸਮੇਂ 73 ਲੱਖਾਂ ਦੇ ਕੋਲ ਜੈਡ ਸਿਕਿਉਰਿਟੀ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 95 ਨੂੰ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵੀ ਆ ਜਿਸ ਦੀਆਂ ਪੂਰੀਆਂ ਤਿਆਰੀਆਂ ਰਾਣਾ ਗਰਮੀ ਸਿੰਘ ਸੋਢੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਤਾਂ ਜਾਣਕਾਰੀ ਇਹ ਵੀ ਹੈ ਕਿ ਰਾਣਾ ਸੋਢੀ ਹੁਣ ਪੰਜਾਬ ਦੇ ਵਿੱਚ ਭਾਇ ਭਾਦੇ ਦੇ ਮੁੱਖ ਚਿਹਰੇ ਵੀ ਬਣ ਜਾ ਰਹੇ ਨੇ ਪਰ ਭਾਇ ਭਾਦੇ ਦੇ ਵਿੱਚ ਸ਼ਾਮਲੇ ਨਾ ਆਗੂਆਂ ਨੂੰ ਹੁਣ ਭਾਇ ਪਾਣੇ ਇੱਕ ਖਾਸ ਤੋਹਫਾ ਦਿੱਤਾ ਹੈ ਨਾ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਹੈ ਅਜਈਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ